ਅੰਮ੍ਰਿਤਸਰ ਵਿੱਚ ਮਿਨੀ ਬੱਸ ਆਪਰੇਟਰਾਂ ਨੇ ਅੰਮ੍ਰਿਤਸਰ ਦੇ ਆਰਟੀਐਸ ਸੈਕਟਰੀ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ। ਆਰਟੀਐਸ ਸੈਕਟਰੀ ਦੇ ਦਫ਼ਤਰ ਦਾ ਘੇਰਾਓ ਕੀਤਾ ਗਿਆ ਅਤੇ ਚੱਕਾ ਜਾਮ ਕਰਕੇ ਪ੍ਰਦਰਸ਼ਨ ਕੀਤਾ ਗਿਆ। ਮਿਨੀ ਬੱਸ ਚਾਲਕਾਂ ਨੇ ਕਿਹਾ ਕਿ ਜ਼ਿਲ੍ਹਾ ਟਰਾਂਸਪੋਰਟ ਵਿਭਾਗ ਮਾਫੀਆ ਨਾਲ ਮਿਲ ਕੇ ਸਰਕਾਰ ਦੇ ਰੈਵਨਿਊ ਨੂੰ ਚੂਨਾ ਲਗਾ ਰਿਹਾ ਹੈ ਅਤੇ ਮਿਨੀ ਬੱਸ ਚਾਲਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਬਲਦੇਵ ਸਿੰਘ ਬੱਬੂ ਨੇ ਆਖਿਆ ਕਿ ਵਿਭਾਗ 'ਚ ਰਿਸ਼ਵਤ ਦਾ ਬੋਲਬਾਲਾ ਹੈ, ਨਿੱਜੀ ਲੋਕਾਂ ਨੂੰ ਦਫ਼ਤਰ 'ਚ ਬਿਠਾ ਕੇ ਕੰਮ ਕਰਵਾਇਆ ਜਾ ਰਿਹਾ ਹੈ। ਕਈ ਬੱਸਾਂ ਦਾ ਪਰਮਿਟ ਤੱਕ ਨਹੀਂ ਹੈ, ਉਹਨਾਂ ਨੂੰ ਚੱਲਣ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ। ਉੱਧਰ ਇਹਨਾਂ ਆਰੋਪਾਂ ਨੂੰ ਬੇਬੁਨਿਆਦ ਦੱਸਦਿਆਂ ਆਰਟੀਐਸ ਸੈਕਟਰੀ ਰਜਨੀਸ਼ ਅਰੋੜਾ ਨੇ ਕਿਹਾ ਕਿ ਬਗੈਰ ਪਰਮਿਟ ਬੱਸਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਇੱਕ ਦਰਜਨ ਦੇ ਕਰੀਬ ਬੱਸਾਂ ਇੰਪਾਊਂਡ ਕੀਤੀਆਂ ਗਈਆਂ ਹਨ। ਜਿਨ੍ਹਾਂ ਦਾ ਪਰਮਿਟ ਵਿਆਸ ਤਾਂ ਕੁਝ ਕੋਈ ਨਹੀਂ ਹੈਗਾ, 40-45 ਦੇ ਕਰੀਬ ਬੱਸਾਂ ਉਹ ਚੱਲ ਰਹੀਆਂ ਨੇ ਅੰਮ੍ਰਿਤਸਰ ਤੋਂ ਜੰਮੂ ਕੱਟੜੇ ਨੂੰ, 40-50 ਦੇ ਕਰੀਬ ਬੱਸਾਂ ਚੱਲ ਰਹੀਆਂ ਨੇ ਜਿਨ੍ਹਾਂ ਦਾ ਪੰਜਾਬ ਦਾ ਟੈਕਸ ਕੋਈ ਨਹੀਂ ਤਰਦਾ। ਇਹ 'ਚ ਅਸੀਂ ਲਿਖਿਆ ਕਿ ਯਾਰ 2018 ਨੂੰ ਅੰਮ੍ਰਿਤਸਰ ਪੂਰਾ ਬੰਦ ਕਰਾਂਗੇ, ਜੇ ਉੱਥੇ ਵੀ ਇਹਦੇ ਅਮਲ 'ਚ ਨਹੀਂ ਪ੍ਰਸ਼ਾਸਨ ਆਉਂਦਾ ਫਿਰ ਟਰਾਂਸਪੋਰਟ ਮੰਤਰੀ ਦਾ ਅਸੀਂ ਘਰਾਓ ਕਰਾਂਗੇ ਉਹਦੀ ਕੋਠੀ ਦਾ। ਤੁਹਾਡੇ ਪ੍ਰੈਸ ਦੇ ਭਰਾਵਾਂ ਦੇ ਧਿਆਨ 'ਚ ਲੈਣਾ ਚਾਹੁੰਦਾ ਵਾਂ, ਜਿਹੜਾ ਵੀ ਇਹ ਮਿੰਨੀ ਬੱਸ ਓਪਰੇਟਰ ਵਰਕਰ ਯੂਨੀਅਨ ਹੈ, ਜਿਹੜਾ ਵੀ ਇਹਨਾਂ ਨੇ ਧਰਨਾ ਲਾਇਆ ਹੋਵੇ, ਮੇਰੇ ਕਿਸੇ ਵਰਕਰ ਭਰਾ ਦੀ ਕੋਈ ਸਮੱਸਿਆ ਹੈ ਤਾਂ ਮੈਨੂੰ ਧਿਆਨ 'ਚ ਲੈਣਾ। ਮੈਂ ਇਹਨਾਂ ਨੂੰ ਲਾਸਟ ਟਾਈਮ ਵੀ ਜਦੋਂ ਆਏ ਸੀ ਮੈਂ ਬੇਨਤੀ ਕੀਤੀ ਸੀ, ਕਿਸੇ ਵੀ ਵਰਕਰ ਭਰਾ ਦੀ ਕੋਈ ਸਮੱਸਿਆ, ਕਿਸੇ ਦਾ ਕੰਮ ਕੋਈ ਮੇਰੇ ਦਫ਼ਤਰ ਮੇਰੇ ਤੱਕ ਅੜਿਆ ਤਾਂ ਮੇਰੇ ਧਿਆਨ 'ਚ ਲੈਣ, ਮੈਂ ਉਹਨੂੰ ਪ੍ਰਿਓਰਟੀ 'ਤੇ ਕਰਾਂਗਾ। ਇਹਨਾਂ ਸਾਰਿਆਂ ਲੋਕਾਂ ਦੇ ਕੰਮ ਕਰਨਾ ਮੇਰੀ ਡਿਊਟੀ, ਮੋਰਲ ਡਿਊਟੀ ਬਣਦੀ ਹੈ। ਪਰ ਜੇ ਕਿਸੇ ਦਾ ਕੋਈ ਕੰਮ ਅੜਿਆ ਰਹਿ ਗਿਆ, ਜੇ ਕੋਈ ਕਿਸੇ ਦਾ ਰੋਸ਼ ਹੈ ਤਾਂ ਮੇਰੇ ਧਿਆਨ 'ਚ ਲੈਣ, ਮੈਂ ਉਹਨੂੰ ਪ੍ਰਿਓਰਟੀ 'ਤੇ ਕਰਾਂਗਾ। ਜਿੱਥੋਂ ਤੱਕ ਇਹਨਾਂ ਦਾ ਕਹਿਣਾ ਵੀ ਬੱਸਾਂ ਇਲੀਗਲ ਚੱਲਦੀਆਂ ਵੇ, ਮੈਂ ਜਦੋਂ ਚਲਾਨਿੰਗ 'ਤੇ ਜਾਂਦਾ ਮੈਂ ਇੰਸਟੈਡ ਆਫ ਨਾਂ ਔਰ ਨੰਬਰ ਵੇਖਣ ਦੀ ਬਜਾਏ ਨਾ ਮੈਂ ਸਿਰਫ ਅਫੈਂਸ ਵੇਖਦਾ ਵਾਂ ਕਿ ਕਿਸ ਬੱਸ ਵਾਲੇ ਨੇ ਕਿਹੜਾ ਅਫੈਂਸ ਕੀਤਾ ਵੇ। ਮੈਨੂੰ ਕਿਸੇ ABC ਪਾਰਟੀ ਜਾਂ ਕੰਪਨੀ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਅਤੇ ਮੇਰੀ ਪ੍ਰਾਇਓਰਟੀ ਹਮੇਸ਼ਾ ਰਹਿੰਦੀ ਹੈ ਵੀ ਜਿਹੜਾ ਵੀ ਕੋਈ ਅਫੈਂਸ ਕਰਦਾ ਵੇ ਉਹਦੀ ਚਲਾਨਿੰਗ ਕਰਾਂ ਅਤੇ ਜਿਹੜਾ ਵੀ ਉਹਦੇ ਜਿਹੜੇ ਬੰਦੀ ਜਿਹੜਾ ਜੁਰਮਾਨਾ ਉਹਨੂੰ ਇੰਪੋਜ਼ ਕੀਤਾ ਜਾਵੇ।